ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ। ਪੀਐਮ ਮੋਦੀ ਜਿਹੜਾ ਲੋਕ ਸਭਾ ਚੋਣਾਂ ਦੇ ਦਰਮਿਆਨ ਪਹਿਲੀ ਵਾਰ ਪੰਜਾਬ ਆ ਰਹੇ ਨੇ ਤਾਂ ਅੱਜ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਇੱਥੇ ਪ੍ਰਚਾਰ ਕਰਨਗੇ, ਪਰ ਇਸ ਤੋਂ ਨਾਲ ਹੀ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ ਸ਼ੰਭੂ ਜ਼ਿਲ੍ਹੇ ਪਟਿਆਲੇ ਦੇ ਵਿੱਚ ਹੀ ਚੱਲ ਰਿਹਾ ਹੈ ਤਾਂ ਕਿਸਾਨਾਂ ਦੇ ਵੱਲੋਂ ਪੀਐਮ ਮੋਦੀ ਦਾ ਵਿਰੋਧ ਕਰਨ ਦੀ ਕਾਲ ਦਿੱਤੀ ਗਈ ਹੈ ਤਾਂ ਧਰੇੜੀ ਜੱਟਾਂ ਟੋਲ ਪਲਾਜ਼ੇ ਦੇ ਉੱਤੇ ਖੜ੍ਹੇ ਹਾਂ। ਤਸਵੀਰਾਂ ਮੈਂ ਪਰਵਿੰਦਰ ਜੀ ਨੂੰ ਕਹੂੰਗਾ ਕਿ ਦਿਖਾ ਦਿੱਤੀਆਂ ਜਾਣ। ਇੱਥੇ ਜਿਹੜਾ ਲਗਭਗ ਪਟਿਆਲਾ ਜ਼ਿਲ੍ਹੇ ਦੇ ਵਿੱਚ 6 ਤੋਂ 7 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਆ ਤੈਨਾਤ ਕੀਤੇ ਗਏ ਨੇ ਤਾਂ ਵੱਖ ਵੱਖ ਲੇਅਰਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ। ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇੱਥੇ ਕਿਸਾਨ ਜਿਹੜੇ ਆ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਪਰਵਿੰਦਰ ਜੀ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਵੀ ਦਿਖਾ ਦਿੱਤੀਆਂ ਜਾਣ। ਕਿਸਾਨ ਪਹੁੰਚਣੇ ਜਿਹੜੇ ਆ ਲਗਭਗ ਸ਼ੁਰੂ ਹੋ ਗਏ ਨੇ ਅਤੇ ਸੁਮਿੰਦਰਪਾਲ ਸਿੰਘ ADGP ਪਰਮਾਰ ਜਿਹੜੇ ਆ ਉਹ ਇਸ ਜਗ੍ਹਾ ਦੇ ਉੱਤੇ ਤਰੇੜੀ ਜੱਟਾਂ ਦੇ ਵਿੱਚ ਜਿਹੜੇ ਆ ਉਹ ਅਗਵਾਈ ਕਰ ਰਹੇ ਨੇ, ਕਮਾਨ ਸੰਭਾਲ ਰਹੇ ਨੇ ਤਾਂ ਇੱਥੇ ਕਿਸਾਨਾਂ ਦਾ ਜਿਹੜਾ ਕਿਸਾਨਾਂ ਦੀ ਆਮਦ ਹੋਣੀ ਵੀ ਜਿਹੜੀ ਆ ਸ਼ੁਰੂ ਹੋ ਗਈ ਹੈ। ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਨੇ, ਗੱਲਬਾਤ ਵੀ ਕਿਸਾਨਾਂ ਦੇ ਨਾਲ ਕਰਾਂਗੇ। ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਕੀ ਕੁਝ ਪਲਾਨ ਹੈਗਾ ਅੱਜ ਦਾ? ਤਾਂ ਕਾਲ ਦਿੱਤੀ ਗਈ ਸੀ ਲਗਭਗ 5 ਪਾਸੇ ਤੋਂ ਕਿਹਾ ਜਾ ਰਿਹਾ, ਜੋ ਕੁਝ ਪਲਾਨ ਦੱਸਿਆ ਗਿਆ ਕਿਸਾਨਾਂ ਦੇ ਵੱਲੋਂ ਕਿ ਅਸੀਂ 5 ਪਾਸੇ ਤੋਂ ਵੱਖ ਵੱਖ ਜਗ੍ਹਾ ਤੋਂ ਕਿਸਾਨ ਆਉਣਗੇ, ਤਾਂ ਤੁਸੀਂ ਜਿਹੜਾ ਲਗਭਗ ਇੱਥੇ ਪਹੁੰਚ ਚੁੱਕੇ ਹੋ। ਮੋਦੀ ਨੇ ਪਟਿਆਲੇ ਨੂੰ ਚੈਲੰਜ ਕੀਤਾ ਅਤੇ ਅਸੀਂ ਉਸਦਾ ਚੈਲੰਜ ਪ੍ਰਵਾਨ ਕੀਤਾ। ਮੋਦੀ ਰਾਣੀ ਨੂੰ ਜਿਤਾਉਣ ਲਈ ਆ ਰਿਹਾ ਨਾ, ਅਸੀਂ ਤੁਹਾਡੇ ਮਾਧਿਅਮ ਕਹਿ ਰਹੇ ਹਾਂ ਮੋਦੀ ਦਾ ਪਿਓ ਵੀ ਆ ਜੇ ਰਾਣੀ ਨੂੰ ਉਹ ਵੀ ਨਹੀਂ ਜਿਤਾ ਸਕਦਾ, ਕਿਉਂਕਿ ਇਹਨਾਂ ਨੂੰ ਤਾਂ ਭਾਜਪਾ ਨੂੰ ਕਿਸਾਨਾਂ ਦਾ ਸਰਾਫ ਹੀ ਲੈ ਕੇ ਬਹਿ ਜਾਏਗਾ। ਜੋ ਇਹ ਤਪ ਰਹੇ ਆ ਨਾ ਸਿੰਘੂ ਬਾਰਡਰ 'ਤੇ ਸੰਭੂ 'ਤੇ, ਤਕਰੀਬਨ 3.5 ਮਹੀਨੇ ਹੋ ਗਏ, ਉਹਨੂੰ ਦਿਖ ਨਹੀਂ ਰਿਹਾ ਵੀ ਕਾਹਦੇ ਲਈ ਬੈਠੇ ਹਾਂ। ਗੱਲ ਸੁਣ ਲਈ ਤਾਂ ਉਹ ਤਿਆਰ ਨਹੀਂ, ਜੇ ਗੱਲ ਉਹ ਨਹੀਂ ਸੁਣ ਲਈ ਤਿਆਰ, ਅਸੀਂ ਕਿਹੜੇ ਦੀ ਗੱਲ ਸੁਣ ਲਈ ਤਿਆਰ ਹਾਂ? ਅਸੀਂ ਰੋਕਦੇ ਨੇ ਜੀ, ਅਸੀਂ ਇਹਨਾਂ ਨੂੰ ਪਟਿਆਲੇ ਆਉਣ ਤੋਂ ਰੋਕਾਂਗੇ, ਜੇ ਇੱਥੋਂ ਦੀ ਆਏਗਾ ਭਾਵੇਂ ਸਾਡੀਆਂ ਜਾਨਾਂ ਵੀ ਚਲੇ ਜਾਣ, ਅਸੀਂ ਰੋਕਾਂਗੇ ਜੀ। ਲੇਅਰਾਂ ਨੇ ਉਹ ਤੁਸੀਂ ਆਪ ਇੱਥੇ ਲੇਅਰ ਆ, ਪਿੱਛੇ ਲੇਅਰ, ਉਸ ਤੋਂ ਬਾਅਦ ਬੱਸ ਅੱਡੇ ਦੇ ਨੇੜੇ ਲੇਅਰ, ਉਸ ਤੋਂ ਬਾਅਦ ਹੋਰ ਜਗ੍ਹਾ ਦੇ ਉੱਤੇ ਲੇਅਰ 'ਚ ਹੈਗੀਆਂ ਨੇ, ਤਾਂ ਕੀ ਲੱਗਦਾ ਤੁਹਾਨੂੰ ਵੀ ਪੁਲਿਸ ਅੱਗੇ ਜਾਣ ਦਊਗੀ ਜਾਂ ਤੁਹਾਨੂੰ ਤੁਸੀਂ ਰੋਕਣ ਦਊ? ਸਾਨੂੰ ਖੁਸ਼ੀ ਹੈ ਕਿਸਾਨਾਂ ਦਾ ਡਰ ਦੇਖ ਲਿਆ ਤੁਸੀਂ, ਇਹ ਸਾਡਾ ਕਿਸਾਨਾਂ ਦਾ ਡਰ ਹੈ ਇਹਨਾਂ ਨੂੰ। ਜੇ ਇਹ ਸਾਡੇ MSP ਦੇ ਮੋਹਰ ਲਾ ਦਿੰਦਾ ਹੈ ਜੀ, ਇਹਨੂੰ ਕੋਈ ਮੁਸ਼ਕਿਲ ਹੀ ਨਹੀਂ ਸੀ ਆਉਣੀ। ਇਹਨੇ ਸਾਨੂੰ ਤੜਫਾਇਆ, ਆਪੇ ਤੜਫ ਰਿਹਾ। ਰਾਤ ਨੂੰ ਸਾਨੂੰ ਪਤਾ ਇਹਨੂੰ ਨੀਂਦ ਨਹੀਂ ਆ ਰਹੀ, ਨਾ ਰਾਣੀ ਨੂੰ ਆਉਂਦੀ ਹੈ, ਕਿਉਂਕਿ ਜਿੱਦਣ ਤੇ ਪਤਾ ਲੱਗਿਆ ਨਾ ਰਾਣੀ ਨੂੰ ਕਿ ਵੀ ਮੋਦੀ ਆ ਰਿਹਾ, ਰਾਣੀ ਰਾਤ ਬਿਮਾਰ ਹੋ ਗਈ ਹੈ ਨਾ, ਰਾਤ ਰਾਣੀ ਬਿਮਾਰ ਹੋ ਗਈ ਹੈ। ਕਿਉਂ ਹੋਈ ਹੈ? ਕਿਸਾਨਾਂ ਦਾ ਸਰਾਪ ਪਿਆ, ਮੋਦੀ ਨੂੰ ਵੀ ਪਵੇਗਾ, ਸਾਰੀ ਭਾਜਪਾ ਨੂੰ ਇਹ ਸਰਾਪ ਪੈਣ ਜਾ ਰਿਹਾ। 4 ਤਰੀਕ ਤੋਂ ਬਾਅਦ ਤੁਸੀਂ ਆਪੇ ਦੇਖ ਲਓਗੇ ਜੀ। ਤਸਵੀਰਾਂ ਤੁਹਾਨੂੰ ਦਿਖਾ ਦਈਏ, ਇੱਧਰ ਜਿਹੜਾ ਨਾਰੇਬਾਜ਼ੀ ਕੀਤੀ ਜਾ ਰਹੀ ਆ। ਪਰਮਿੰਦਰ ਜੀ ਹੋਣਾ ਨੂੰ ਕਹੂੰਗਾ ਕਿ ਅੱਗੇ ਆ ਕੇ ਤਸਵੀਰਾਂ ਜਿਹੜੀਆਂ ਨੇ ਇੱਕ ਵਾਰ ਦਿਖਾ ਦਿੱਤੀਆਂ ਜਾਣ। ਦੂਜੇ ਪਾਸੇ ਇੱਧਰ ਜਿਹੜਾ ਪੁਲਿਸ ਆ ਅਤੇ ਹੋਰ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਪਿੱਛੇ ਤੈਨਾਤ ਕੀਤੀ ਗਈਆਂ ਨੇ, ADGP ਪਰਮਾਰ ਖੁਦ ਇਸ ਜਗ੍ਹਾ ਦੇ ਉੱਤੇ ਜਿਹੜੇ ਆ ਅਗਵਾਈ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ 2022 ਦੇ ਵਿੱਚ ਲੋਕ ਸਭਾ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਪੀਐਮ ਮੋਦੀ ਜਿਹੜੇ ਆ ਭਾਰਤ ਆਏ ਸੀ, ਉਹਨਾਂ ਨੂੰ ਆਪਣੀ ਰੈਲੀ ਜਿਹੜੀ ਹੈ ਉਹ ਕੈਂਸਲ ਕਰਨੀ ਪਈ ਸੀ। ਤਾਂ ਤਸਵੀਰਾਂ ਪਰਮਿੰਦਰ ਜੀ ਹੋਣਾ ਕਹੂੰਗਾ ਕਿ ਪਿੱਛੇ ਜਾ ਕੇ ਇੱਕ ਵਾਰ ਜ਼ਰੂਰ ਦਿਖਾ ਦਿੱਤੀਆਂ ਜਾਣ। ਤਾਂ ਆਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਦੇ ਨਾਲ ਭਰੇ ਹੋਏ ਟਿੱਪਰ ਜਿਹੜੇ ਨੇ ਉਹ ਇੱਥੇ ਤੈਨਾਤ ਕੀਤੇ ਗਏ ਨੇ ਤਾਂ ਜੋ ਕਿਸਾਨ ਜਿਹੜੇ ਆ ਉਹ ਨਾ ਪਹੁੰਚ ਸਕਣ।